ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਫਤ ਅਕੈਡਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ 300 ਯੂਨਿਟ ਨੂੰ ਲੈ ਕੇ ਨਵੀਆਂ ਖਬਰਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਦੋਸਤੋ ਚਰਚਾਵਾਂ ਇਹ ਛੜੀਆਂ ਹੋਈਆਂ ਹਨ ਅਲੱਗ-ਅਲੱਗ ਪਲੇਟਫਾਰਮ ਤੇ ਸੋਸ਼ਲ ਮੀਡੀਆ ਤੇ ਕਿ 300 ਯੂਨਿਟ ਮੁਫਤ ਐਲਾਨ ਤਾਂ ਕਰ ਦਿੱਤਾ ਪਰ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਤਾਂ ਦੋਸਤੋ ਇੱਥੇ ਤੁਹਾਨੂੰ ਦੱਸ ਦਈਏ ਜਿਹੜਾ ਨੋਟੀਫਿਕੇਸ਼ਨ ਜਾਰੀ ਭਾਵੇਂ ਨਹੀਂ ਹੋਇਆ ਪਰ 1 ਜੁਲਾਈ ਤੋਂ ਜਿਹੜੀ 300 ਯੂਨਟ ਮੁਫਤ ਬਿਜਲੀ ਆ ਉਹ ਸਟਾਰਟ ਹੋ ਚੁੱਕੀ ਐ ਤਾਂ ਇਹ ਤੁਸੀਂ ਦੇਖ ਸਕਦੇ ਹੋ ਗਵਰਨਮੈਂਟ ਆਫ ਪੰਜਾਬ ਦਾ ਅਫੀਸ਼ੀਅਲ ਪੇਜ ਐ ਬਲੂ ਟਿੱਕ ਲੱਗੀ ਹੋਈ ਐ ਇੱਥੇ ਬਕਾਇਦਾ ਉਹਨਾਂ ਨੇ ਜਿਹੜਾ ਜਾਰੀ ਕੀਤਾ ਹੈਗਾ 300 ਯੂਨਟ ਮੁਫਤ ਬਿਜਲੀ ਨੂੰ ਲੈ ਕੇ ਤੇ ਜਿਹੜੇ ਬਕਾਇਆ ਬਿੱਲ ਨੇ ਤਾਂ ਉਹ ਵੀ ਮਾਫ ਕਰ ਦਿੱਤੇ ਨੇ ਕੋਈ ਉਹਦੇ ਵਿੱਚ ਕੰਡੀਸ਼ਨ ਨਹੀਂ ਰੱਖੀ ਗਈ ਤੁਹਾਡਾ 10 ਕਿਲੋਵਾਟ ਤੱਕ ਦਾ ਚਾਹੇ 2 ਕਿਲੋਵਾਟ ਦਾ ਸਾਰਿਆਂ ਦੇ 31 ਦਸੰਬਰ ਤੋਂ ਪਹਿਲਾਂ ਦੇ ਬਕਾਇਆ ਬਿੱਲ ਵੀ ਮਾਫ ਕਰ ਦਿੱਤੇ ਗਏ ਨੇ ਇਹ ਤੁਸੀਂ ਗਵਰਨਮੈਂਟ ਆਫ ਪੰਜਾਬ ਦਾ ਅਫੀਸ਼ੀਅਲ ਪੇਜ ਦੇਖ ਸਕਦੇ ਹੋ ਨੋਟੀਫਿਕੇਸ਼ਨ ਕੁਝ ਦਿਨ ਤੱਕ ਜਾਰੀ ਹੋ ਜਾਵੇਗਾ ਪਰ ਜਦੋਂ ਇਸ ਤਰ੍ਹਾਂ ਲਾਈਵ ਆ ਕੇ ਸੀਐਮ ਪੰਜਾਬ ਨੇ ਐਲਾਨ ਕਰ ਦਿੱਤਾ ਜਾਂ ਅਖਬਾਰਾਂ ਦੇ ਵਿੱਚ ਆ ਗਿਆ ਤਾਂ ਨੋਟੀਫਿਕੇਸ਼ਨ ਦਾ ਮੈਨਾ ਨਹੀਂ ਰਹਿ ਜਾਂਦਾ ਨੋਟੀਫਿਕੇਸ਼ਨ ਵੀ ਆ ਜਾਵੇਗਾ ਪਰ ਇਹ 300 ਯੂਨਟ 1 ਜੁਲਾਈ ਤੋਂ ਜਿਹੜੀ ਸਟਾਰਟ ਹੋ ਚੁੱਕੀ ਹੈਗੀ ਤਾਂ ਤੁਸੀਂ ਇਹ ਦੇਖ ਸਕਦੇ ਹੋ ਸੀਐਮਓ ਪੰਜਾਬ ਵੱਲੋਂ ਵੀ ਜਿਹੜੇ ਪੇਜ ਤੇ ਸਾਰੀ ਨੋਟੀਫਿਕੇਸ਼ਨ ਦੇ ਵਿੱਚ ਜਾਰੀ ਕੀਤਾ ਹੋਇਆ ਤਾਂ ਦੋਸਤੋ ਪਿਛਲੇ ਦਿਨਾਂ ਨੂੰ ਲੈ ਕੇ ਵੀ ਇੱਕ ਚਰਚਾ ਆ ਮੈਂ ਕਿ ਕੈਲਕੂਲੇਟ ਨਹੀਂ ਕੀਤੇ ਜਾਣੇ 1 ਜੁਲਾਈ ਤੋਂ ਪਹਿਲਾਂ ਉਹਦੇ ਬਾਰੇ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਕਿਵੇਂ ਤੁਹਾਡੇ 1 ਜੁਲਾਈ ਤੋਂ ਪਹਿਲਾਂ ਕੈਲਕੂਲੇਟ ਕੀਤੇ ਜਾਣਗੇ ਬਿੱਲ ਤੇ 1 ਜੁਲਾਈ ਤੋਂ ਬਾਅਦ ਕਿਵੇਂ ਤੁਹਾਡਾ ਬਿੱਲ ਆਵੇਗਾ ਫਿਲਹਾਲ ਤੁਹਾਡੇ ਲਈ ਇਹ ਜਾਣਕਾਰੀ ਲੈ ਕੇ ਆਈ ਸੀ ਕਿ ਤੁਹਾਡਾ ਧੰਨਵਾਦ